ਮੌਸਮ ਮੌਣ ਵਾਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਖਰਾਬ ਹੋ ਸਕਦਾ ਠੰਡ ਕਾਫੀ ਇਲਾਕਿਆਂ ਦੇ ਵਿੱਚ ਤੇ ਬਰਫਬਾਰੀ ਪੈ ਸਕਦੀ ਹੈ ਟੈਂਪਰੇਚਰ ਥੱਲੇ ਜਾ ਸਕਦਾ ਇਹਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਿਹੜੀ ਵੀਰਵਾਰ ਨੂੰ ਅੱਜ ਕੁਝ ਪ੍ਰੋਵਿੰਸਸ ਜਿਨ੍ਹਾਂ ਦੇ ਵਿੱਚ ਅਨਟੈਰੀਓ ਕਿਊਬੈਕ ਤੇ ਜਿਹੜੇ ਕੁਝ ਪਾਰਟ BC ਦੇ ਤੇ ਅਲਬਰਟਾ ਦੇ ਇਹਨਾਂ ਦੇ ਵਿੱਚ ਜਿਹੜਾ ਠੰਡ ਦਾ ਮੌਸਮ ਆ ਉਹ ਜ਼ਿਆਦਾ ਹੋ ਸਕਦਾ ਤੇ ਜਿਹੜੀ ਇਧਰਲੇ ਪਾਸੇ ਨੂੰ ਇਹ ਜਿਹੜੀ ਬਰਫਬਾਰੀ ਆ ਉਹ ਵੀ ਕੁਝ ਥਾਵਾਂ ਦੇ ਉੱਤੇ ਹੋ ਸਕਦੀ ਆ ਸੋਮਵਾਰ ਮੰਗਲਵਾਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਥੇ ਵੀ ਬਰਫਬਾਰੀ ਦੀ ਗੱਲਬਾਤ ਦੱਸੀ ਜਾ ਰਹੀ ਹੈ ਕਈ ਦਿਨ ਲਗਾਤਾਰ ਜਿਹੜਾ ਵੈਦਰ ਇਸ ਤਰ੍ਹਾਂ ਦਾ ਰਿਹਾ ਇੰਟੈਰੀਓ ਕਵੈਕ ਦੇ ਵਿੱਚ ਤੇ ਹੁਣ ਇੱਕ ਐਕਸਪਰਟ ਦੱਸ ਰਿਹਾ ਹੈ ਕਿ ਟੈਂਪਰੇਚਰ ਵੀਕਐਂਡ ਦੇ ਉੱਤੇ ਡ੍ਰੌਪ ਕਰ ਜਾਣਾ 10 ਡਿਗਰੀ ਜ਼ਿਆਦਾ ਠੰਡਾ ਹੋਊਗਾ ਸੈਟਰਡੇ ਨੂੰ ਆਮ ਦਿਨਾਂ ਨਾਲ ਮਤਲਬ ਜਿੰਨਾ ਟੈਂਪਰੇਚਰ ਨਾਰਮਲ ਚਾਹੀਦਾ ਉਹਦੇ ਨਾਲੋਂ 10 ਡਿਗਰੀ ਸੈਂਟੀਗ੍ਰੇਡ ਦੱਸਿਆ ਜਾ ਰਿਹਾ ਕਿ ਥੱਲੇ ਆ ਸਕਦਾ ਹੈ ਤੇ ਕੁਛ ਥਾਵਾਂ ਦੇ ਉੱਤੇ ਜਿਵੇਂ ਜਿਹੜਾ ਈਸਟਰਨ ਪਾਰਟ ਆ ਕਵੈਕ ਦਾ ਉੱਥੇ ਵਿੰਡ ਚਲ ਠੰਡੀਆਂ ਹਵਾਵਾਂ -52 ਡਿਗਰੀ ਤੱਕ ਤਾਪਮਾਨ ਜਿਹੜੀਆਂ ਉਹ ਹੋ ਸਕਦੀਆਂ ਹਨ -52 ਡਿਗਰੀ ਦੇ ਨਾਲ ਜਿਹੜੀਆਂ ਹਵਾਵਾਂ ਆ ਉਹ ਵਗ ਸਕਦੀਆਂ ਸ਼ੁੱਕਰਵਾਰ ਸਵੇਰ ਤੱਕ ਇਸ ਤਰ੍ਹਾਂ ਦਾ ਮੌਸਮ ਰਹਿਣ ਦੀ ਗੱਲ ਵੱਧ ਅਸੀਂ ਜਾ ਰਹੇ ਹਾਂ ਐਨਵਾਇਰਨਮੈਂਟ ਕੈਨੇਡਾ ਨੇ ਵੀ ਦੱਸਿਆ ਆ ਕਿ ਜਿਹੜੀ ਵਿੰਡ ਚੱਲ ਆ ਜਿਹਦੇ ਵਿੱਚ ਕਿ ਠੰਡ ਤੇ ਉਹਦੇ ਨਾਲ ਹੀ ਮੀਂਹ ਜਾਂ ਥੋੜਾ ਜਾ ਜਿਹੜੀ ਜਿਹੜੀਆਂ ਵਾਟਰੀ ਵਿੰਡਸ ਆ ਉਹ ਹੋਣਗੀਆਂ ਤੇ ਅੱਗੇ ਵੈਸਟ ਦੇ ਵਿੱਚ ਜਿਹੜਾ ਟੈਂਪਰੇਚਰ ਥੱਲੇ ਜਾਊਗਾ ਜ਼ੀਰੋ ਦੇ ਨੇੜੇ ਅਲਬਰਟਾ ਦੇ ਵਿੱਚ ਸਸਕਾਚਵਨ ਦੇ ਵਿੱਚ ਮੈਨੀਟੋਬਾ ਦੇ ਵਿੱਚ ਸੈਟਰਡੇ ਨੂੰ ਸੋ ਆਹ ਸੈਟਰਡੇ ਜਾਦਾ ਠੰਡ ਪੈਣੀ ਆ ਜਿਹੜਾ ਨੂਨਾਵਟਾ ਉੱਥੇ ਤੇ ਉਥੋਂ ਦੇ ਕੁਝ ਏਰੀਆਜ਼ ਦੇ ਵਿੱਚ ਮਾਈਨਸ 55 ਡਿਗਰੀ ਤੱਕ ਵਿੰਡ ਚਿਲਸ ਜਿਹੜੀਆਂ ਦੱਸੀਆਂ ਜਾ ਰਹੀਆਂ ਤੇ ਹੁਣ ਇਹ BC ਦੇ ਵਿੱਚ ਵੀ ਕੁਝ ਥਾਵਾਂ ਦੇ ਉੱਤੇ ਬਰਫਬਾਰੀ ਹੋਣ ਦੇ ਗੱਲਬਾਤ ਕੀਤੀ ਜਾ ਰਹੀ ਹੈ ਨਵਾਰਵਡ ਕੈਨੇਡਾ ਨੇ ਇੱਕ 스노우ਫਲ ਵਾਰਨਿੰਗ ਇਸ਼ੂ ਕੀਤੀ ਹੈ ਨਾਰਥ ਕੋਸਟ ਦੇ ਉੱਤੇ 15 ਸੈਂਟੀਮੀਟਰ ਅੱਜ ਵੀਰਵਾਰ ਸ਼ਾਮ ਤੱਕ ਵਰਖ ਪੈ ਸਕਦੀ ਹੈ ਤੇ ਸਵੇਰੇ ਸ਼ੁੱਕਰਵਾਰ ਤੱਕ BC ਦੇ ਕੁਝ ਇਲਾਕਿਆਂ ਦੇ ਵਿੱਚ ਹੈਵੀ 스ਨੋ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤੇ ਜਿਹੜੀ ਵੈਦਰ ਏਜੰਸੀ ਹੈ ਉਹ ਵੀ ਦੱਸਦੀ ਹੈ ਕਿ ਕੁਝ ਪਾਰਟ ਬ੍ਰਿਟਿਸ਼ ਕੋਲੰਬੀਆ ਦੇ ਜਿਹਦੇ ਵਿੱਚ ਨਾਰਥ ਪੀਸ ਰਿਵਰ ਤੇ ਇਹਦੇਲੇ ਪਾਸੇ ਲੇਕ ਡਿਸਟ੍ਰਿਕਟ ਆ ਉੱਥੇ ਜਿਹੜੀ 에어 ਐਡਵਾਈਜ਼ਰਸ ਦੱਸਿਆ ਜਾ ਰਿਹਾ ਉਹਨਾਂ ਨੇ ਐਡਵੇਅਰ 에어 ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਗਈ ਹੈ ਖਾਈ ਕਨਸੈਂਟ੍ਰੇਸ਼ਨ ਜਿਹੜੀ ਉਹਦੀ ਪਾਰਟੀਕੂਲੇਟ ਮੈਟਰ ਛੋਟੇ ਜਿਹੇ ਕਾਣਾ ਹੁੰਦੇ ਹਵਾ ਦੇ ਵਿੱਚ ਉਹਦੇ ਕਰਕੇ ਤੇ ਵੈਦਰ ਕੰਡੀਸ਼ਨ ਜਿਹੜੀਆਂ ਚੇਂਜ ਹੋ ਸਕਦੀਆਂ ਫ੍ਰੀਜ਼ਿੰਗ ਰੇਨ ਕੁਝ ਥਾਵਾਂ ਉੱਤੇ ਹੋ ਸਕਦੀ ਆ ਅਟਲੈਂਟਿਕ ਕੈਨੇਡਾ ਦੇ ਵਿੱਚ ਫ੍ਰੀਜ਼ਿੰਗ ਰੇਨ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਦੇ ਵਿੱਚ ਮਤਲਬ ਸਿਰੇ ਤੋਂ ਲਾ ਕੇ ਦੂਜੇ ਸਿਰੇ ਤੱਕ ਮੌਸਮ ਥੋੜਾ ਜਿਹਾ ਖਰਾਬ ਰਹਿਣਾ ਆ ਤੇ ਉਹਨਾਂ ਨੇ ਰੈਜ਼ਿਡੈਂਟਸ ਨੂੰ ਕਿਹਾ ਕਿ 10 ਤੋਂ 12 ਮਿਲੀਮੀਟਰ ਬਰਫ਼ ਜਿਹੜੀ ਉਹ ਪੈ ਸਕਦੀ ਆ 8 ਤੋਂ 10 ਘੰਟਿਆਂ ਦੀ ਫ੍ਰੀਜ਼ਿੰਗ ਰੇਨ ਦੇ ਨਾਲ एनवायरनमेंट कनाडा ਨੇ ਵੀ वार्निंग ਦਿੱਤੀ ਆ ਕਿ ਰੋਡ ਜਿਹੜੇ ਆਈਸੀ ਆ ਉੱਥੇ ਅੱਜ ਫਰਾਈਡੇ ਨੂੰ ਕੱਲ ਨੂੰ ਜਾਨੀ ਕਿ ਸਵੇਰ ਤੱਕ ਵੀ ਇਸ ਤਰ੍ਹਾਂ ਦਾ ਫ੍ਰੀਜ਼ਿੰਗ ਰੇਨ ਕਈ ਏਰੀਆਜ਼ ਦੇ ਵਿੱਚ ਐਕਸਪੈਕਟ ਕੀਤੀ ਜਾ ਰਹੀ ਆ ਥੋੜਾ ਜਿਹਾ ਖਿਆਲ ਦੇ ਨਾਲ ਜਾਇਆ ਜਾਵੇ ਲਗਾਤਾਰ ਮੌਸਮ ਦੇ ਵਿੱਚ ਤਬਦੀਲੀਆਂ ਆ ਰਹੀਆਂ ਆ ਕਦੇ ਗਰਮੀ ਪੈ ਰਹੀ ਆ ਕਦੇ ਠੰਡ ਪੈ ਰਹੀ ਆ ਤੇ ਇਹ ਦੋਵੇਂ ਐਕਸਟ੍ਰੀਮ ਦੇ ਉੱਤੇ ਪੈ ਰਹੀਆਂ ਜਿਹਦੇ ਨਾਲ ਸੁਮਸ਼ਿਆਮਾ ਵਾਧਰੇ ਜੀਨਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ